ਫੇਰ ਕੀ ਨਾਰ ਸੁਹਾਵਣੀ ਮੋਤੀ ਸੋਕਿਤ ਸਾਧ ਫੇਰ ਕਹ ਕਾਮਨਾ ਆਵਈ ਬੋਲੇ ਫਾਦਲ ਬਾਦ ਦਰ ਘਰ ਢੋਈ ਨਾਲ ਹੈ ਛੂਟੀ ਦੂਜੇ ਸਾਥ ਪਿਆਰੀ ਸਾਹ ਸੰਗਤ ਜੀ ਪਹਿਲੇ ਪਾਸ਼ਾ ਧਨਸ਼ੀਰ ਗੁਰ ਨਾਨਕ ਦੇਵ ਸਾਹਿਬ ਜੀ ਮਹਾਰਾ ਇਸ ਜੀਵ ਆਤਮਾ ਨੂੰ ਪ੍ਰਸ਼ਨ ਕਰਦੇ ਹਨ ਕਿ ਉਹ ਪਤੀ ਪ੍ਰਭੂ ਦੀ ਸੋਹਣੀ ਨਾਰ ਸੀ ਉਹ ਕੇ ਸਵਾਦ ਵਿੱਚ ਫਸਣ ਕਰਕੇ ਛੁੱਟੜ ਹੋ ਗਈ ਫਿਰ ਉਸ ਦਾ ਉੱਤਰ ਦਿੰਦੇ ਹਨ ਫਿਰ ਕਹ ਕਾਮਨਾ ਆਵਈ ਬੋਲੇ ਫਾਦਲ ਬਾਦ ਦਰ ਘਰ ਢੋਈ ਨਾਲ ਹੈ ਛੂਟੀ ਦੂਜਾ ਸਾਥ ਇਹ ਜੀਵ ਰੂਪੀ ਸਤਰੀ ਜੋ ਬੜੀ ਸ਼ੋਭਨਿਕ ਸੀ ਉਹ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਾ ਦੇ ਸਵਾਦਾਂ ਵਿੱਚ ਫਸਣ ਕਰਕੇ ਛਟੜ ਹੋ ਗਈ ਇਸ ਪ੍ਰਕਾਰ ਜੋ ਵਿਵਚਾਰਨੀ ਹੋਵੇ ਵਿਸ਼ਿਆਂ ਦੇ ਸਵਾਦਾਂ ਵਿੱਚ ਫਸੀ ਹੋਵੇ ਭਾਵ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਲੱਗੀ ਹੋਵੇ ਤੇ ਹਮੇਸ਼ਾ ਫਜ਼ੂਲ ਬੋਲਦੀ ਹੋਵੇ ਤੇ ਹਮੇਸ਼ਾ ਪਤੀ ਪਰਮਾਤਮਾ ਨਾਲ ਝਗੜਾ ਕਰਦੀ ਹੋਵੇ ਕਿ ਮੈਂ ਪਰਮਾਤਮਾ ਦਾ ਕੀ ਵਿਗਾੜਿਆ ਹੈ ਮੈਨੂੰ ਇੰਨੇ ਦੁੱਖ ਦਿੱਤੇ ਹਨ ਤੇ ਕੰਗਾਲ ਕਰ ਦਿੱਤਾ ਹੈ ਇਸ ਤਰ੍ਹਾਂ ਜੀਵ ਰੂਪੀ स्त्री ਜੋ ਪਾਣਾ ਨਹੀਂ ਮੰਦੀ ਪਤੀ ਪਰਮਾਤਮਾ ਨੂੰ ਐਸੇ ਬਚਨ ਬੋਲਦੀ ਹੈ ਉਹ ਫਿਰ ਅਕਾਲ ਪੁਰਖ ਦੇ ਕੰਮ ਨਹੀਂ ਆਉਂਦੀ ਭਾਵ ਉਸ ਨੂੰ ਪਤੀ ਪਰਮਾਤਮਾ ਆਪਣੇ ਨਾਲ ਨਹੀਂ ਮਲਾਉਂਦਾ ਦਰ ਘਰ ਢੋਈ ਨਾ ਲਹੈ ਛੂਟੀ ਦੂਜੇ ਸਾਥ ਉਹ ਪਤੀ ਪਰਮਾਤਮਾ ਭਾਵੇਂ ਹਿਰਦੇ ਘਰ ਵਿੱਚ ਅਤੇ ਦਰ ਦਰਵਾਜ਼ੇ ਇੰਦਰੀਆਂ ਵਿੱਚ ਮੌਜੂਦ ਹੈ ਪਰ ਇਹ ਖੋਟੀ ਜੀਵ ਰੂਪ ਇਸਤਰੀ ਵੀ ਉਸ ਦੇ ਮਿਲਾਪ ਨੂੰ ਪ੍ਰਾਪਤ ਨਹੀਂ ਕਰ ਸਕਦੀ ਅਰਥਾਤ ਅੰਤਰਮੁਖ ਗਿਆਨ ਰੂਪ دروازੇ ਵਿੱਚ ਅਸਥਿਤ ਹੋ ਕੇ ਕਰ ਸਰੂਪ ਵਿੱਚ ਮਿਲਾਪ ਨੂੰ ਪ੍ਰਾਪਤ ਨਹੀਂ ਕਰ ਸਕਦੀ ਕਿਉਂਕਿ ਉਹ ਖੋਟੀ स्त्री ਦੀ ਣਾਈ ਦੂਜੇ ਪੁਰਸ਼ਾਂ ਦੇ ਸਵਾਦ ਵਿੱਚ ਫਸ ਕੇ ਛੁੱਟੜ ਹੋ ਗਈ ਭਾਵ ਜੀਵ ਰੂਪੀ स्त्री ਦੇਵੀ ਦੇਵਤਾ ਦੀ ਉਪਾਸ਼ਨਾ ਵਿੱਚ ਲੱਗ ਗਈ ਕਿ ਮਹਾਦੇਵ ਖੁਸ਼ ਹੋ ਕੇ ਧਨ ਦਿੰਦਾ ਹੈ ਫਲਾਣਾ ਦੇਵਤਾ ਆ ਦਿੰਦਾ ਹੈ ਆਦ ਇਸ ਪ੍ਰਕਾਰ ਵਿਚਾਰਨੀ स्त्री ਦੀ ਨਿਆਈ ਹੋਣ ਕਰਕੇ ਦੇਵੀ ਦੇਵਤਾ ਦੀ ਉਪਾਸ਼ਨਾ ਦ્વੈਤ ਭਾਵ ਵਾਲੇ ਸਵਾਦ ਵਿੱਚ ਫਸ ਕੇ ਪਰਮਾਤਮਾ ਵੱਲੋਂ ਛੁੱਟੜ ਹੋ ਗਈ ਇਹਨਾਂ ਤੁਕਾਂ ਉੱਪਰ ਇੱਕ ਸਾਖੀ ਆਉਂਦੀ ਹੈ ਇੱਕ ਮਹਾਤਮਾ ਜੋ ਜੰਗਲ ਵਿੱਚ ਰਹਿੰਦੇ ਸਨ ਉਹਨਾਂ ਕੋਲ ਇੱਕ ਕੁੱਤੀ ਰਹਿੰਦੀ ਸੀ ਜੋ ਹਰ ਰੋਜ਼ ਟੋਏ ਪੁਟਿਆ ਕਰਦੀ ਸੀ ਮਹਾਤਮਾ ਨੇ ਤੰਗ ਹੋ ਕੇ ਕਿਹਾ ਇਹ ਤੂੰ ਕੁੱਤੀ ਨਹੀਂ ਬਾਂਦਰੀ ਬਣ ਜਾ ਉਸੇ ਛੇਣ ਉਹ ਬਾਂਦਰੀ ਬਣ ਗਈ ਫਿਰ ਕਦੇ ਸੰਤਾਂ ਨਾਲ ਮੋਹ ਕਰਿਆ ਕਰੇ ਕਦੇ ਝੌਪੜੀ ਹੀ ਹਿਲਾ ਦਿਆ ਕਰੇ ਅਨੇਕ ਤਰ੍ਹਾਂ ਦੀ ਚੰਚਲਤਾ ਹੀ ਕਰੇ ਉਹਦੀਆਂ ਇਹ ਹਰਕਤਾਂ ਦੇਖ ਕੇ ਸੰਤਾਂ ਨੇ ਫੇਰ ਬਚਨ ਕੀਤੇ ਕਿ ਤੂੰ ਹੰਸਣੀ ਬਣ ਜਾ ਬਚਨ ਹੁੰਦਿਆ ਸਾਰ ਹੀ ਉਹ ਹੰਸਣੀ ਬਣ ਕੇ ਮਾਨ ਸਰੋਵਰ ਨੂੰ ਜਾਣ ਲੱਗੀ ਏ ਵੇਖ ਕੇ ਮਹਾਤਮਾ ਕਹਿੰਦੇ ਕਿ ਤੂੰ ਇੱਥੇ ਰਹਿ ਫਿਰ ਉਸ ਨੂੰ ਉਹਨਾਂ ਨੇ ਹਿਰਨੀ ਬਣਾ ਲਿਆ ਉਹ ਹਿਰਨੀ ਬਣ ਕੇ ਵੀ ਮਹਾਤਮਾ ਨਾਲ ਕਹਿੰਦੀ ਰਹਾ ਕਰੇ ਫਿਰ ਮਹਾਤਮਾ ਕਹਿੰਦੇ ਕਿ ਤੂੰ ਸੁੰਦਰ ਸਰੂਪ ਵਾਲੀ ਇਸਤਰੀ ਬਣ ਜਾ ਉਹਨਾਂ ਦੇ ਬਚਨਾਂ ਅਨੁਸਾਰ ਉਹ ਲੜਕੀ ਬਣ ਗਈ ਇੱਕ ਦਿਨ ਰਾਜਾ ਸ਼ਿਕਾਰ ਖੇਡਣ ਆਇਆ ਰਾਜਾ ਕਹਿੰਦਾ ਕਿ ਬਾਬਾ ਜੀ ਤੁਸੀਂ ਇਹ ਲੜਕੀ ਕੀ ਕਰਨੀ ਹੈ ਮੈਨੂੰ ਦੇ ਦਿਓ ਮੈਂ ਇਸ ਨੂੰ ਪਟਰਾਣੀ ਬਣਾਵਾਂਗਾ। ਮਹਾਤਮਾ ਕਹਿੰਦੇ ਕਿ ਭਾਈ ਤੂੰ ਲੈ ਜਾ। ਰਾਜਾ ਘੋੜੇ ਤੇ ਬਿਠਾ ਕੇ ਲੈ ਗਿਆ ਤੇ ਮਹਿਲਾਂ ਵਿੱਚ ਲਿਆ। ਰਾਤ ਨੂੰ ਜਦੋਂ ਰਾਜਾ ਸੌਂ ਜਾਇਆ ਕਰੇ ਤਾਂ ਇਹ ਦੀਵਿਆਂ ਵਿੱਚਲਾ ਸਾਰਾ ਤੇਲ ਪੀ ਜਾਇਆ ਕਰੇ। ਰਾਜਾ ਸਵੇਰੇ ਉੱਠ ਕੇ ਦੇਖ ਕੇ ਬੜਾ ਹੈਰਾਨ ਹੋਵੇ ਤੇ ਜਦੋਂ ਨੌਕਰਾਂ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਅਸੀਂ ਤਾਂ ਸਾਰੇ ਦੀਵੇ ਪੂਰੇ ਭਰ ਕੇ ਰੱਖਦੇ ਹਾਂ। ਪਤਾ ਨਹੀਂ ਤੇਲ ਕੌਣ ਪੀ ਜਾਂਦਾ ਇੱਕ ਦਿਨ ਰਾਜਾ ਜਾਗਦਾ ਰਿਹਾ ਤੇ ਜਦੋਂ ਉਸਨੇ ਆਪਣੀ istri ਨੂੰ ਤੇਲ ਪੀਂਦੇ ਦੇਖਿਆ ਤਾਂ ਬੜਾ ਡਰਿਆ ਕਿ ਇਹ istri ਨਹੀਂ ਕੋਈ ਬਲਾ ਹੈ ਦੂਜੇ ਦਿਨ ਮਹਾਤਮਾ ਕੋਲ ਲੈ ਗਿਆ ਤੇ ਕਹਿੰਦਾ ਕਿ ਮਹਾਰਾਜ ਸੰਭਾਲੋ ਇਸ ਨੂੰ ਮੈਂ ਨਹੀਂ ਇਸ ਨੂੰ ਰੱਖ ਸਕਦਾ ਇਹ ਤੇਲ ਪੀਣੀ ਬਲਾ ਹੈ ਜਦੋਂ ਰਾਜਾ ਛੱਡ ਕੇ ਚਲਾ ਗਿਆ ਤਾਂ ਸੰਤ ਕਹਿੰਦੇ ਕਿ ਤੂੰ ਉਹ ਹੀ ਕੁੱਤੀ ਬਣ ਜਾ ਕਿਉਂਕਿ ਤੂੰ ਆਪਣਾ ਸੁਭਾਅ ਨਹੀਂ ਛੱਡ ਸਕੀ ਜਿਸ ਤਰ੍ਹਾਂ ਸਵਾਣੀ ਮਿਰਗੀ ਹੰਸਣੀ ਬਾੰਦਰੀ ਔਰ ਨਿਰਪਨਾਰ ਇਹ ਤੇ ਜਨਮ ਕੋ ਭੋਗ ਕੇ ਮੂਲ ਸੁਭਾਵ ਨਾ ਟਾਰ ਇਸ ਪ੍ਰਕਾਰ ਇਸ ਕੁੱਤੀ ਨੂੰ ਮਹਾਤਮਾ ਨੇ ਰਾਣੀ ਬਣਾ ਦਿੱਤਾ ਪਰ ਉਹ ਤੇਲ ਪੀਣ ਦੇ ਸਵਾਦ ਨੂੰ ਨਹੀਂ ਛੱਡ ਸਕੀ ਤੇ ਐਨੀ ਉੱਚੀ ਪਦਵੀ ਤੋਂ ਫਿਰ ਕੁੱਤੀ ਬਣ ਕੇ ਜੰਗਲ ਵਿੱਚ ਆ ਗਈ ਇਸੇ ਤਰ੍ਹਾਂ ਜੋ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਦੀ istri ਹੋ ਕੇ ਵੀ ਦੇਵੀ ਦੇਵਤਾ ਦੀ ਉਪਾਸ਼ਨਾ ਕਰੇ ਅਰਥਾਤ ਵਿਕਾਰਾਂ ਦੇ ਦ્વੈਤ ਭਾਵ ਵਾਲੇ ਸਵਾਦ ਵਿੱਚ ਫਸੀ ਹੋਈ ਹੋਵੇ ਉਹ ਪਰਮਾਤਮਾ ਦੇ ਦਰ ਘਰ ਵਿੱਚ ਢੋਈ ਪ੍ਰਾਪਤ ਨਹੀਂ ਕਰ ਸਕਦੀ ਤੇ ਫਿਰ ਛੁੱਟੜ ਹੋ ਕੇ ਜੁਨਾ ਵਿੱਚ ਭਟਕਦੀ ਹੈ ਤਨ ਗੁਰੂ ਨਾਨਕ ਦੇਵ ਸਾਹਿਬ ਜੀ 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 ਤਨ ਗੁਰੂ ਨਾਨਕ ਦੇਵ ਸਾਹਿਬ ਜੀ